फ्रंट वाले नहीं बोले तुसी मैनू वेखन दे, मैं जैब घर चो आया। सारे लागे बैठे ने जो मेरे वाल वेखी जाते, फ्रंट सीट ते सुस्त सवारी पवे गड्डी वज जाती है। अगलिया लिखा हुंदा सुस्त का बैठना मना। ਇਹ ਟੱਚ ਮੋਬਾਈਲ ਏਡੀ ਕਰਾਮਤ ਵਾਲਾ ਜਿਹਨੂੰ ਅਲਫ ਬੇ ਨਹੀਂ ਆਉਂਦੀ ਉਹ ਵੀ ਫੇਸਬੁੱਕ ਚਲਾਈ ਆਉਂਦਾ ਹੈ। ਹੁਣ ਤੇ ਕਈ ਲੈਟਰੀਨ ਚੱਲਾ ਜਾਂਦਾ ਮੋਬਾਈਲ ਲੈ ਕੇ ਬੈਠੇ ਹੁੰਦੇ ਨੇ, ਉਧਰੋਂ ਜ਼ੋਰ ਲਾਈ ਆਉਂਦੇ ਨੇ, ਉਧਰੋਂ ਵੀ ਲਾਈ ਆਉਂਦੇ ਨੇ। ਲੜਕੇ ਦੀ ਬਾਂਹ ਤੇ ਨਾਂ ਲਿਖਿਆ ਹੋਵੇ ਕਿਸੇ ਲੜਕੀ ਦਾ ਬਲੇਟ ਨਾਲ, ਅੱਲਾ ਨਾ ਕਰੇ ਜਵਾਨੀ 'ਚ ਤੁਰ ਜਾਏ ਤੇ ਕਬਰ 'ਚ ਜਦੋਂ ਫਰਿਸ਼ਤੇ ਆਣ ਕੇ ਆਖਣਾ ਮਰ ਰੱਬੂ ਕਾ, ਤੇ ਜਦੋਂ ਬਾਂਹ ਵੇਖਣੀ ਉਹਨਾਂ ਨੇ ਤੇ ਇੰਟਰਨੈਸ਼ਨਲ ਬਗੈਰਤਾ। ਮੈਂ ਲਾਹੌਰ ਦਾ ਨਾਂ ਲਿਆ ਹੈ ਨਾ, ਆਪਣੇ ਸ਼ਹਿਰ ਦਾ ਲਿਆ, ਪਿੰਡ ਦਾ ਨਹੀਂ ਨਾਂ ਲਿਆ, ਬਦਨਾਮੀ ਹੁੰਦੀ ਹੈ। ਅਗਲੇ ਦਿਨ ਇੱਕ ਕਮਤਰਾ ਮੈਨੂੰ 500 ਦਾ ਜੇਲੀ ਤਕਰੀਰ 'ਚ ਦੇ ਗਿਆ ਹੈ। ਆ ਵੇਖੋ ਕੋ ਹਾਲ, ਆ ਵੇਖੋ ਪਰਾਈਆਂ ਔਰਤਾਂ ਦੇ ਮੱਥੇ ਨਹੀਂ ਲੱਗਦਾ ਤੇ ਸਾਡੇ ਹੁਣ ਕੈਮ ਟੂ ਕੈਮ ਚੈਟ ਕਰਦੇ ਨੇ। ਜਾਨੂ ਪਲੀਜ਼ ਕੈਮ ਪੇ ਆਣਾ। ਇਹ ਜਨਾਬ ਮੋਬਾਈਲਾਂ ਤੇ ਕੈਮ ਕੈਮ ਦੇ ਨਾਲ ਗੱਲਾਂ ਕਰਦੇ, ਉਧਰੋਂ ਦਾ ਬੂਥਾ ਨਜ਼ਰ ਆ ਰਿਹਾ। ਇੱਥੇ ਮੁੰਡੇ ਘਰ ਚ ਬੀਵੀ ਸਿਰਫ ਨਮਕ ਬਹੁਤਾ ਪਾ ਦੇਣਾ, ਕਹਿੰਦੇ ਤੇਰੀ ਮਾਂ ਨੂੰ ਇੰਚ ਹੈ, ਤੇਰੇ ਪਿਓ ਨੂੰ ਤੈਨੂੰ ਸਿਖਾਇਆ ਕੁਛ ਨੀ। ਸਹੁਰਾ ਵੀ ਪੁੰਨ ਦਿੰਦੇ ਨੇ, ਪੁੱਤਰ ਬੈਠ ਜਾ, ਤੈਨੂੰ ਕੀ ਬਿਮਾਰੀ ਚ ਮੁੰਨੇ ਲੜਨ ਦੇ ਨੇ, ਤੈਨੂੰ ਦਵਾ ਜਾ ਇੱਥੋਂ। ਹਾਂ ਤਵੱਜੋ ਮੇਰੇ ਵੱਲ, ਸਾਨੂੰ ਉੱਥੇ ਵੀ ਬਾਰਾਂ ਇੱਥੇ ਵੀ ਬਾਰਾਂ ਹੈ। ਮੈਨੂੰ ਇੱਕ ਬੰਦਾ ਦਾ ਮੌਲਵੀ ਜੀ ਤੁਹਾਨੂੰ ਜੇਲ੍ਹ ਹੋ ਜਾਵੇ ਤੇ ਮੈਂ ਤੈਨੂੰ ਕੀ ਮਿਲ ਜੂ, ਮੈਂ ਤੇਰੇ ਮੂੰਹ ਚ ਪਵੇ ਅੱਗ ਤੈਨੂੰ ਪਤਾ ਨੀ। ਹੁਣ ਤੇ ਭਾਈ ਇੱਥੋਂ ਜੁਮਾ ਪੜ ਕੇ ਨਿਕਲੀਏ ਨਾ, ਜੁਮਾ ਪੜ ਕੇ ਨਿਕਲੀਏ, ਇੱਥੋਂ ਤੇ ਬਾਜ਼ਾਰ ਦਾ ਨੋਟ ਪਿਆ ਹੋਵੇ ਨਾ ਉੱਤੇ ਪੈਰ ਰੱਖ ਲੈਂਦੇ, ਤੈਨੂੰ ਕੀ ਹੋਇਆ, ਮੇਰਾ ਪੈਰ ਸੌਂ ਗਿਆ, ਇਹ ਨਹੀਂ ਪਤਾ ਇਮਾਨ ਸੌਂ ਗਿਆ। ਪਰ ਇੱਥੇ ਕੁੜੀ ਨੂੰ ਵੇਖਣ ਆਉਣ ਤੇ ਕੁੜੀ ਬਿਊਟੀ ਪਾਰਲਰ 'ਚ ਹੁੰਦੀ, ਬੋਲੋ ਸਾਰੀ ਉਮਰ ਮੇਕਅਪ ਹੀ ਉਹਦਾ ਪੂਰਾ ਕਰਦੇ ਰਹਿਣਾ। ਮੇਰਾ ਇੱਕ ਬੇਲੀ ਆਉਂਦਾ, ਮੌਲਵੀ ਜੀ ਉਨੀ ਮੇਰੀ ਤਨਖਾਹ ਨਹੀਂ ਜਿੰਨੀ ਬੇਗਮ ਦੇ ਖਰਚੇ ਨੇ, ਤੇ ਮੈਂ ਤੂੰ ਆਪਣੇ ਵਰਗੀ ਕੋਈ ਮਾਤੜ ਲੱਭਦਾ। ਇਹਨਾਂ ਮੁੰਡਿਆਂ ਦੇ ਵੱਸ ਨਹੀਂ ਚੱਲਦੇ ਕਸਮੇ ਸ਼ਲਟਾਂ ਲਾ ਕੇ ਨਮਾਜ਼ ਪੜ੍ਹਨ ਆਉਣ। ਅਗਲੇ ਦਿਨ ਮੈਨੂੰ ਸਵਾਲ ਆਇਆ, ਮੌਲਵੀ ਜੀ ਟਰੋਜ਼ਰ 'ਚ ਨਮਾਜ਼ ਹੁੰਦੀ ਹੈ? ਮੈਂ ਕਿਹਾ ਅਗਲੇ ਦੀ ਤਾਂ ਹੁੰਦੀ, ਪਿਛਲੇ ਦੀ ਕੋਈ ਨਹੀਂ ਹੁੰਦੀ। ਤੁਸੀਂ ਵੇਖ ਲਓ ਇਹਨਾਂ ਦੀ ਸ਼ਲਟ ਕਿੱਥੇ ਹੁੰਦੀ ਤੇ ਟਰੋਜ਼ਰ ਕਿੱਥੇ ਹੁੰਦਾ। ਇਹਦੀ ਧੀ ਤੇ ਕਜ਼ਨ, ਹੁਣ ਕੋਈ ਸਹੇਲੀ ਹੈ ਤੇ ਕਜ਼ਨ, ਸਹੇਲਾ ਹੈ ਤੇ ਕਜ਼ਨ, ਉਹ ਬੋਲੋ ਤੇ ਸਹੀ ਹੈ। ਇਹ ਕਜ਼ਨ ਕਜ਼ਨ ਚੱਲ ਪਿਆ, ਉਦੋਂ ਕਜ਼ਨ ਸਿਆਪਾ ਨਹੀਂ ਸੀ, ਅੰਟੀ ਅੰਕਲ ਪਾਪਾ ਨਹੀਂ ਸੀ। ਬਾਬਾ ਤੈਨੂੰ ਕਦੀ ਪਾਪਾ ਕਿਹਾ ਸੀ ਕਿਸੇ? ਹੁਣ ਤੇ ਭਾਈ ਮੋਟਰ ਸੜ ਜਾਣਾ ਤੇ ਬੰਦਾ ਚਾਚੀ ਵੱਲੋਂ ਪਾਣੀ ਭਰਨ ਜਾਏ ਤੇ ਦੂਜੀ ਵਾਰ ਬਟਨ ਸੁੱਟੀ ਜਾਣਾ, ਚਾਚੀ ਲੱਗ ਪੈਂਦੀ ਇਹ ਸਾਡਾ ਵੀ ਹੁਣ ਪੰਪ ਸਾੜ ਕੇ ਸਾਲ ਆ ਜੇ। ਕੁੜੀਆਂ ਦੇ ਕੋਲ ਫੋਨ ਨਹੀਂ ਸੀ, ਬੋਲੋ ਮੁੰਡੇ ਹੋ ਕੁੜੀਆਂ ਦੇ ਕੋਲ, ਤੂੰ ਇੱਥੇ ਬਹਿ ਕੇ ਲੱਗਾ ਟਿਚ ਟਿਚ, ਤੂੰ ਠਾਉ ਕਹਿਣਾ ਇੱਥੇ ਬਹਿ ਕੇ ਲੱਗਾ ਮੋਬਾਈਲ ਤੇ ਮੈਂ ਵੇਖਣ ਦਿਆ ਉਦੋਂ ਤਾਂ, ਅਰੇ ਕਿਹੜੀ ਬਾਂਦਰੀ ਨਾਲ ਲੱਗਾ ਆ। ਹੁਣ ਤੇ ਏਡੇ ਅੰਤਰੇ ਨੇ ਲੋਕ, ਕਈਆਂ ਮੁੰਡਿਆਂ ਮੋਟਰਸਾਈਕਲਾਂ ਦੀਆਂ ਲਾਈਟਾਂ ਮਗਰ ਲਿਖਿਆ ਹੁੰਦਾ, ਜਾਨੂ ਤੇਰੇ ਮਗਰ ਰੋਲ ਤੇ ਗਏ, ਪਰ ਚੱਸ ਬੜੀ ਆਈ ਹੈ, ਡੁੱਬ ਕੇ ਮਰਨ ਦਾ ਮਕਾਨ ਆਵੇ। ਜਿਹਦੇ ਘਰ ਹਯਾ ਨਹੀਂ ਉਹਦੇ ਘਰ ਚ ਦੀਨੇ ਮੁਹੰਮਦ ਦੇ ਪੁੱਤਰੋ, ਫਿਰ ਤੁਸੀਂ ਉੱਤੇ ਚੜ ਗਏ ਜੇ। ਇਹਨਾਂ ਨੂੰ ਇੱਕ ਲਾ ਕੇ ਲਿਆ ਥੱਲੇ, ਖੁੱਤੀ ਚ ਰੱਖੀ ਜਰਾ ਮੈਨੂੰ ਆਵਾਜ਼ ਆਵੇ ਥੱਲੇ, ਚੱਲ ਬੇਦ ਹੈ ਤੇ ਥੱਲੇ ਆ ਜਾ, ਤੂੰ ਇਹਨੂੰ ਗੁੜਤੀ ਕਿਹਨੇ ਦਿੱਤੀ ਸੀ? ਪੁੱਛ ਨਾ, ਬੇਗਮ ਬਿਮਾਰ ਹੋਵੇ ਤੇ ਤਾਂ ਚਾਹ ਵੀ ਆਪ ਬਣਾ ਲੈਣਾ ਚਾਹੀਦਾ, ਬੇਗਮ ਬਿਮਾਰ ਹੋਵੇ ਨਾ ਕੰਮ ਆਪ ਕਰ ਲੈਣਾ ਚਾਹੀਦਾ। ਸਾਊਦੀ ਅਰਬ ਬੰਦੇ ਬਾਹਰ ਮੁਲਕ ਜਾਂਦੇ ਨੇ, ਕੰਮ ਆਪ ਨਹੀਂ ਕਰਦੇ ਤੇ ਇੱਥੇ ਆ ਕੇ ਗੜੀ ਪੈਂਦੀ। ਹੁਣ ਯਾਰ ਯਾਰ ਨੂੰ ਕਾਰਡ ਘੱਲਦਾ, ਮੇਰੀ ਭੈਣ ਦੀ ਮਹਿੰਦੀ ਏ ਤੇ ਜਰਾ ਸੱਜ ਕੇ ਆਵੀਂ ਤੇ ਦੁਪੱਟਾ ਪੀਲਾ ਮੈਂ ਦੇਵਾਂਗਾ ਤੇ ਜਰਾ ਮੇਰੀ ਭੈਣ ਦੇ ਸਾਹਮਣੇ ਟੌਰੀ ਕਿਸਮ ਦਾ ਡਾਂਸ ਕਰਨਾ ਹੀ, ਤਾਂ ਕਿ ਮੇਰੀਆਂ ਭੈਣਾਂ ਵੇਖ ਕੇ ਆਖਣ ਮੇਰੇ ਭਰਾ ਦੀ ਯਾਰੀ ਕਿਸੇ ਨਸਲੀ ਕੰਜਰ ਨਾਲ ਹੈ। ਤਗੜਾ ਜਵਾਈ ਆਵੇ, ਟਿੱਕਾ ਬੋਟੀ, ਮਲਾਈ ਬੋਟੀ, ਸ਼ਵਾਰਮਾ, ਬਰਗਰ, ਪੀਜ਼ਾ, ਕੈਚਪ, ਬੋਲੋ ਤੇ ਸਹੀ, ਉਹਦੇ ਅੱਗੇ ਕਿੰਨੀਆਂ ਡਿਸ਼ਾਂ ਨਵੇਂ ਜਵਾਈ ਅੱਗੇ, ਤੇ ਪੁਰਾਣਾ ਜਿਵੇਂ ਜਿਵੇਂ ਹੁੰਦਾ ਜਾਊ ਨਾ ਤੇ ਗੱਲ ਗੋਭੀ ਤੇ ਮੁੱਕਣੀ। ਤੇ ਬੇਗਮ ਅੱਧੀ ਰਾਤ ਤੱਕ ਨਾ, ਜਾਨੂ ਐਕਸਕਿਊਜ਼ ਮੀ, ਮੈਨੂੰ ਪਾਈਨਐਪਲ ਕਾ ਜੂਸ ਲਾ ਦੇ, ਇੱਥੋਂ ਨਾ ਲੱਭੇ ਜਾਣਗੇ ਸ਼ੇਖੂਪੁਰੇ। ਉਹ ਬੋਲੋ ਤੇ ਸਹੀ, ਉੱਥੋਂ ਨਾ ਲੱਭੇ ਪਰਾਂ ਲਾਹੌਰ ਤੁਰ ਜਾਣ, ਅਗਲੀ ਨੇ ਵੜਨ ਨਹੀਂ ਦੇਣਾ ਕਾ, ਤੇ ਮਾਂ ਮਰੀ ਜਾਂਦੇ ਨੇ ਮੇਰੀ ਮੋਟੀ। ਬੇਗਮ ਦੇ ਪ੍ਰਾਹੁਣੇ ਆ ਜਾਣ, ਆਪਣੇ ਆ ਜਾਣ, ਮਾਸ਼ਾਅੱਲਾ ਅੱਜ ਬਿਰਿਆਨੀ ਪੱਕੇਗੀ, ਬਾਦਿਆ ਖਤਾਈ ਡਾਲ ਲਓ, ਜੇ ਡਾਲ ਲਓ ਵੋ ਡਾਲ ਲਓ, ਲੈਗ ਪੀਸ ਡਾਲ ਲਓ। ਆ ਜਦੋਂ ਰੱਬ ਦੇ ਰਾਹ ਤੇ ਚੀਜ਼ ਦੇਣੀ ਹੋਵੇ ਨਾ, 2 ਕਿਲੋ ਛੋਲੇ ਭਿਉਂਦੇ ਮੈਂ ਸਵੇਰੇ ਲੈਣਾ ਦੇ। ਹੁਣ ਤੇ ਭਾਈ ਮਾੜਾ ਜਵਾਈ ਆਵੇ ਨਾ ਤੇ ਸੱਸਾਂ ਦੀਆਂ, ਇਹ ਆਉਂਦਾ ਰਾਤ ਲਮਕਾਉਂਦਾ ਹੀ ਤੁਰਿਆ ਆਉਂਦਾ ਵਿਹਲਾ। ਤੇ ਤਗੜਾ ਜਵਾਈ ਆਵੇ ਨਾ ਦੂਰੋਂ ਵੇਖ ਕੇ ਛਾਪੜ ਭਰੇ ਹੁਣ ਜਵਾਈ ਨੇ, ਤੇ ਬੂਹਾ ਲੰਘਦਾ ਜਾਏ ਤੇ ਸੱਸ ਵੇਖ ਕੇ ਆਉਂਦੀ, ਮਾਂ ਸ਼ੱਕਰੇ ਜਾਏ ਮੇਰਾ ਪੁੱਤਰ ਆਇਆ, ਮੈਨੂੰ ਰਾਤੀ ਖਾਬ।
ਤੇ ਜਦੋਂ ਕੁੜੀ ਲਿਆਉਣੀ ਨਾ ਬਾਬਡਾ ਟਾਊਨ ਸੈਟਲਾਈਟ ਟਾਊਨ, ਉਹਨੇ ਆਣ ਕੇ 10 ਵਜੇ ਨਾਸ਼ਤਾ ਨਹੀਂ ਕਰਾਉਣਾ ਤੇ ਮੁੰਡੇ ਨੂੰ ਪਹਿਲੀ ਰਾਤ ਹੀ ਕਹਿਣਾ, ਜਾਨੂ ਮੁਝਸੇ ਕਾਮ ਨਹੀਂ ਹੋਤਾ। ਉਹਨੇ ਵੀ ਸਿਰੇ ਆਖਣਾ, ਮਾਮਾ ਮੇਰੀ ਬੇਗਮ ਸੇ ਕਾਮ ਨਹੀਂ ਹੋਤਾ। ਬੰਦਾ ਪੁੱਛੇ, ਤੂੰ ਬੀਮਾ ਕਰਾ ਕੇ ਸ਼ੀਸ਼ੇ 'ਚ ਲਾਉਣੀ? ਸਹੀ ਗਾ, ਮੁੰਡਾ ਹੋਵੇ ਨਾ ਤੇ ਪੁੱਛਦੇ ਨੇ, ਜਾਨੂ ਆਪਕੇ ਲਈ ਕਿਆ ਲੈ ਕਰ ਆਓ, ਕਿਆ ਖਾਓਗੇ, ਕੈਸੀ ਹੋ, ਠੀਕ ਹੋ, ਮੈਨੇ ਆਪਕੇ ਲਈ ਛੁੱਟੀ ਕਰ ਲਈ ਹੈ। ਤੇ ਅੱਲਾ ਜਾਣਦਾ, ਜੇ ਕੁੜੀ ਹੋਵੇ ਨਾ, ਮੇਰਾ ਦਿਲ ਨਹੀਂ ਕਰਦਾ ਅੰਦਰ ਜਾਣੇ ਕੋ, ਮੇਰੇ ਦਿਲ। ਹੁਣ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਆ ਗਈਆਂ, ਰੋਟੀ ਪਕਾਉਣ ਵਾਲੀਆਂ ਆ ਗਈਆਂ, ਤੇ ਬੁੜੀਆਂ ਦੇ ਵਜਨ 3 ਮਨ ਨਾ ਹੋਣ ਤੇ ਹੋਰ ਕੀ ਹੋਵੇ? ਨਹੀਂ, ਸੱਚੀ ਗੱਲ, ਪਹਿਲੇ ਬੀਬੀਆਂ ਕੰਮ ਕਰਦੀਆਂ ਸਨ।